ਅਗਲੀ ਗੱਲ ਆ ਗਈ ਹੈ ਅਫਵਾਹਾਂ ਦੀ ਤੇ ਜਾਂ ਧਰਮ ਨਾਲ ਸੰਬੰਧਿਤ ਤੱਥਾਂ ਦੀ ਤੋੜ ਮਰੋੜ ਦੀ। ਉਹ ਇੰਨੇ ਵੱਡੇ ਪੱਧਰ ਦੇ ਉੱਪਰ ਹੋ ਰਹੀ ਹੈ ਕਿ ਮਿਥਿਹਾਸ ਕਿਵੇਂ ਇਤਿਹਾਸ ਬਣਦਾ ਜਾ ਰਿਹਾ ਔਰ ਉਸ ਮਿਥਿਹਾਸ ਨੂੰ ਇਤਿਹਾਸ ਬਣੇ ਹੋਏ ਰੂਪ ਨੂੰ ਤੁਸੀਂ ਹੁਣ ਕਦੀ ਵੀ ਬਦਲ ਨਹੀਂ ਸਕਦੇ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ। ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਆ ਰਿਹਾ। ਪਿਛਲੇ ਸਾਲ ਕਿਸੇ ਸ਼ਰਾਰਤੀ ਨੇ ਇੱਕ ਪੋਸਟ ਜਿਹੜੀ ਸੀ ਉਹ ਪਬਲਿਸ਼ ਕੀਤੀ। ਉਹਨੇ ਕਿਹਾ ਕਿ ਜਦੋਂ ਪਾਤਸ਼ਾਹ ਨੂੰ ਤਸੀਹੇ ਦਿੱਤੇ ਜਾ ਰਹੇ ਸੀ ਤੇ ਉਦੋਂ ਚੰਦੂ ਦੀ ਨਹੁੰ ਜਿਹੜੀ ਹੈ ਨਾ ਗੁਰੂ ਪਾਤਸ਼ਾਹ ਦੇ ਪੀਣ ਦੇ ਵਾਸਤੇ ਸ਼ਰਬਤ ਲੈ ਕੇ ਆਈ ਤੇ ਪਾਤਸ਼ਾਹ ਨੂੰ ਉਸਨੇ ਬੜੇ ਆਪਣੇ ਗਹਿਣੇ ਦੇ ਕੇ ਜੇਲ੍ਹ ਦੇ ਵਿੱਚ ਪਹਿਰੇਦਾਰਾਂ ਨੂੰ ਫਿਰ ਉਹ ਅੰਦਰ ਆਈ ਫਿਰ ਉਹ ਸ਼ਰਬਤ ਪਿਆਇਆ ਤੇ ਉਹਦੇ ਚੋਂ ਜਿਹੜੀ ਸ਼ਬੀਲ ਦੀ ਪ੍ਰਕਿਰਿਆ ਸੀ ਉਹ ਸ਼ੁਰੂ ਹੋ ਗਈ। ਸਿੱਖਾਂ ਨੇ ਸ਼ਬੀਲ ਵਰਤਾਉਣੀ ਸ਼ੁਰੂ ਕਰ ਦਿੱਤੀ। ਹੁਣ ਅਸੀਂ ਉਸ ਪੋਸਟ ਨੂੰ ਇੰਨਾ ਜ਼ਿਆਦਾ ਪ੍ਰਕਾਸ਼ਿਤ ਕੀਤਾ ਇੰਨਾ ਸ਼ੇਅਰ ਕੀਤਾ ਇੰਨਾ ਇੱਕ ਦੂਜੇ ਨਾਲ ਸਾਂਝਾ ਕੀਤਾ ਕਿ ਉਹ ਅੱਜ ਗੂਗਲ ਸਰਚ ਦੇ ਵਿੱਚ ਆ ਗਈ ਹੈ। ਉਹਦੇ ਕਰੋੜਾਂ ਸ਼ੇਅਰਸ ਨੇ। ਤੁਸੀਂ ਕਦੀ ਵੀ ਹੁਣ ਬਾਰ ਬਾਰ ਰਿਪੋਰਟ ਕਰਕੇ ਵੀ ਉਹਨੂੰ ਕੱਢ ਨਹੀਂ ਸਕਦੇ ਕਿਉਂਕਿ ਜਿੰਨੀ ਵਾਰੀ ਉਹ ਸ਼ੇਅਰ ਹੋਈ ਹੈ ਉਨੀ ਵਾਰੀ ਤੱਕ ਤੁਸੀਂ ਉਸਦੀ ਵਿਰੋਧਤਾ ਕਰਨੀ ਨਹੀਂ। ਇੱਕ ਵਾਰੀ ਅਸੀਂ ਸ਼ੇਅਰ ਕੀਤੀ ਕਿ ਲਓ ਸਾਨੂੰ ਤੇ ਸ਼ਬੀਲ ਦਾ ਇਤਿਹਾਸ ਲੱਭ ਗਿਆ ਪਰ ਕਦੀ ਅਸੀਂ ਸ਼ਬੀਲ ਸ਼ਬਦ ਅਰਬੀ ਚੋਂ ਕਿਵੇਂ ਆਉਂਦਾ ਹੈ ਮਹਾਨ ਕੋਸ਼ ਦੇ ਚਕਾਨ ਸਿੰਘ ਨਾਭਾ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ? ਕਦੀ ਅਸੀਂ ਸੋਚਿਆ ਕਿ ਚੰਦੂ ਦੀ ਨਹੁੰ ਨੂੰ ਗੁਰਸਿੱਖੀ ਦੇ ਵਿੱਚ ਦਾਇਰੇ ਚ ਲਿਆ ਕੇ ਸ਼ਬੀਲ ਲਾਉਣ ਦੀ ਜਿਹੜੀ ਹੈ ਸਿੱਖਾਂ ਦੇ ਵਿੱਚ ਮਰਿਆਦਾ ਹੈ ਉਹਦੀ ਮੁਖੀ ਬਣਾਉਣ ਦੇ ਪਿੱਛੇ ਕਿਹੜੀ ਵਿਚਾਰਧਾਰਾ ਕੰਮ ਕਰ ਰਹੀ ਹੈ? ਕਦੀ ਅਸੀਂ ਸੋਚਿਆ ਕਿ 1925 ਦੇ ਵਿੱਚ ਜਿਹੜੀਆਂ ਰਚਨਾਵਾਂ ਲਿਖੀਆਂ ਗਈਆਂ ਉਹ 90 ਸਾਲ ਬਾਅਦ ਸਾਡੀ ਸੋਚ ਕਿਵੇਂ ਪ੍ਰਵਾਹਿਤ ਹੋ ਰਹੀਆਂ ਨੇ? ਕਦੀ ਸੋਚਿਆ ਸੀ? ਨਹੀਂ ਸੋਚਿਆ ਸੀ। ਸ਼ਬੀਲ ਦਾ ਭਾਵ ਹੈ ਪਾਣੀ ਦੀ ਜਗ੍ਹਾ ਔਰ ਜਿਹੜੀ ਸ਼ਬੀਲ ਹੈ ਉਹ ਪੰਚਮ ਪਾਤਸ਼ਾਹ ਤੋਂ ਪਹਿਲਾਂ ਵੀ ਲੱਗਿਆ ਕਰਦੀ ਸੀ। ਜਦੋਂ ਵੀ ਸੰਗਤਾਂ ਕਾਬਲ ਤੋਂ ਆਉਂਦੀਆਂ ਸੀ ਦੂਰ ਦਰੇਡੇ ਤੋਂ ਗਰਮੀ ਚ ਆਉਂਦੀਆਂ ਸੀ ਤੇ ਉਸ ਵੇਲੇ ਕੋਈ ਆਹ ਗਲੂਕੋਜ਼ ਨਹੀਂ ਸੀ ਹੁੰਦੇ। ਉਸ ਵੇਲੇ ਗਲੂਕੋਜ਼ ਲੈਵਲ ਸਭ ਤੋਂ ਵੱਧ ਗੁੜ ਦੇ ਵਿੱਚ ਹੁੰਦਾ ਸੀ ਤੇ ਗੁੜ ਦਾ ਪਾਣੀ ਘੋਲ ਕੇ ਪਿਆ ਜਾਂਦਾ ਸੀ ਜਦੋਂ ਵੀ ਸੰਗਤ ਆਉਂਦੀ ਸੀ। ਇੰਨਾ ਜ਼ਰੂਰ ਹੈ ਕਿ ਜਦੋਂ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਸੀ ਗਰਮੀ ਬਹੁਤ ਹੁੰਦੀ ਤੇ ਜਿੰਨੀਆਂ ਵੀ ਸੰਗਤਾਂ ਮਨਾਉਣ ਵਾਸਤੇ ਆਉਂਦੀਆਂ ਸੀਗੀਆਂ ਦੂਰੋਂ ਦੂਰੋਂ ਘੋੜਿਆਂ ਤੇ ਜਾਂ ਪੈਦਲ ਤੁਰ ਕੇ ਆਉਂਦੀਆਂ ਸੀ ਤੇ ਗੁੜ ਦਾ ਸ਼ਰਬਤ ਹੀ ਪਿਆ ਜਾਂਦਾ ਸੀ। ਪਰ ਚੰਦੂ ਦੇ ਨਾਲ ਹੁਣ ਕਿਉਂ ਜੋੜੀ ਗਈ? ਚੰਦੂ ਦੇ ਨਾਲ ਇਸ ਕਰਕੇ ਜੋੜੀ ਗਈ 1920-25 ਤੋਂ ਬਾਅਦ ਇੱਕ ਕਿਤਾਬ ਆਉਂਦੀ ਹੈ ਜਿਹੜੀ ਹਿੰਦੂ ਮਹਾਸਭਾ ਬਣੀ ਜਿਹਦੇ ਵਿੱਚੋਂ RSS ਬਣੀ ਉਹਦਾ ਮੁਖੀ ਸੀ ਗੋਲਵਾਰਕਰ। ਗੋਲਵਾਰਕਰ ਦੇ ਨਾਲ ਇੱਕ ਹੋਰ ਸੀ ਸਾਵਰਕਰ। ਸਾਵਰਕਰ ਦੀ ਇੱਕ ਕਿਤਾਬ ਸੀ ਦਾ ਸਿਕਸ ਗਲੋਰੀਅਸ ਪੇਜਿਸ ਆਫ ਇੰਡੀਅਨ ਹਿਸਟਰੀ। ਉਹਦਾ ਬਾਅਦ ਵਿੱਚ ਹਿੰਦੀ ਅਨੁਵਾਦ ਛਪਿਆ ਭਾਰਤੀਆ ਇਤਿਹਾਸ ਕੇ 6 ਸਵਰਨੀਏ ਪ੍ਰਿਸ਼ਠ, ਭਾਰਤੀ ਇਤਿਹਾਸ ਦੇ 6 ਸੁਨਹਿਰੀ ਪੰਨੇ। ਉਹਨਾਂ ਸੁਨਹਿਰੀ ਪੰਨਿਆਂ ਦੇ ਵਿੱਚ ਇੱਕ ਕਹਾਣੀ ਹੈ ਚੰਦੂ ਦੀ। ਔਰ ਕਹਾਣੀ ਕਿਵੇਂ ਦੀ ਹੈ? ਕਹਿੰਦਾ ਹੈ ਕਿ ਗੁਰੂ ਅਰਜਨ ਸਾਹਿਬ ਜਿਹੜੇ ਸੀ ਉਹਨਾਂ ਨੂੰ 2 ਕਰੋੜ ਰੁਪਇਆ ਜੁਰਮਾਨਾ ਕੀਤਾ ਗਿਆ ਤੇ ਗੁਰੂ ਸਾਹਿਬ ਦੇ ਸਿੱਖ ਇਸ ਜੁਰਮਾਨੇ ਨੂੰ ਨਾ ਦੇ ਸਕੇ ਤੇ ਕੇਵਲ ਚੰਦੂ ਹੀ ਐਸਾ ਗੁਰਸਿੱਖ ਸੀ। ਆਹ ਸ਼ਬਦ ਨੇ, ਕੇਵਲ ਤੇ ਕੇਵਲ ਚੰਦੂ ਹੀ ਐਸਾ ਗੁਰਸਿੱਖ ਸੀ ਜਿੰਨੀ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਸਾਰੇ ਪੈਸੇ ਦੇ ਕੇ ਆਪਣੀ ਹਵੇਲੀ ਤੱਕ ਵੇਚ ਕੇ ਗੁਰੂ ਸਾਹਿਬ ਦੀ ਜਾਨ ਬਚਾ ਸਕਦਾ। ਹੁਣ ਉਹ ਜਿਹੜੀ ਸਕੀਮ ਸੀ ਇੰਨੀ ਜ਼ਿਆਦਾ ਸਿਰੇ ਨਾ ਚੜ ਸਕੀ ਕਿ ਚੰਦੂ ਨੂੰ ਹੁਣ ਸਿੱਖੀ ਦੇ ਦਾਇਰੇ ਚ ਲਿਆਂਦਾ ਜਾਵੇ। ਜਿਹੜੀ ਗੱਲ ਪਰਮਪਾਲ ਨੇ ਸ਼ੁਰੂ ਕੀਤੀ ਸੀ ਕਿ ਜਦੋਂ ਪਤਾ ਲੱਗਾ ਕਿ ਤਲਵਾਰਾਂ ਖਤਮ ਨਹੀਂ ਕਰਦੀਆਂ ਤੇ ਬੋਧਿਕਤਾ ਖਤਮ ਕਰੋ, ਜਦੋਂ ਪਤਾ ਲੱਗਾ ਕਿ ਸਿਰ ਵੱਡਿਆਂ ਨਹੀਂ ਮਰਦੇ ਤੇ ਸਿਰ ਦੀ ਸੋਚ ਬਦਲ ਦਿਓ, ਜਦੋਂ ਪਤਾ ਲੱਗਾ ਕਿ ਨਿਆਰਾਪਨ ਕਕਾਰਾਂ ਚ ਰਹਿ ਕੇ ਖਤਮ ਨਹੀਂ ਹੁੰਦਾ ਤਾਂ ਕਕਾਰਾਂ ਦੀ ਪਰਿਭਾਸ਼ਾ ਬਦਲ ਦਿਓ, ਜਦੋਂ ਪਤਾ ਲੱਗਾ ਕਿ ਵਿਚਾਰਧਾਰਕ ਤੌਰ ਤੇ ਇਹ ਉੱਚੇ ਨੇ ਵਿਚਾਰਧਾਰਾ ਨੂੰ ਬਦਲ ਦਿਓ, ਵਿਪਰਨ ਕੀ ਰੀਤ ਇਹਨਾਂ ਚ ਲੈ ਆਓ, ਵਿਪਰਨ ਕੀ ਰੀਤ ਆਵੇਗੀ ਗੁਰੂ ਦੀ ਪ੍ਰੀਤ ਟੁੱਟੇਗੀ, ਗੁਰੂ ਦੀ ਪ੍ਰੀਤ ਟੁੱਟੇਗੀ ਤੇ ਨਿਆਰਾਪਨ ਖਸਮ ਗਿਆ। ਹੁਣ ਉਸ ਵੇਲੇ ਸਰਦਾਰ ਗੰਡਾ ਸਿੰਘ ਵਰਗੇ ਸੂਝਵਾਨ ਵਿਦਵਾਨ ਸੀ, ਸਰਦਾਰ ਕਰਮ ਸਿੰਘ ਹਿਸਟੋਰੀਅਨ ਵਰਗੇ ਵਿਦਵਾਨ ਸੀ ਜਿਨ੍ਹਾਂ ਨੇ ਉਸ ਵੇਲੇ ਤੁਜ਼ਕੇ ਜਹਾਂਗੀਰੀ, ਸਿਆਸਤ ਬਾਬਾ ਯਾਸਾ ਤੇ ਮਕਤੂਬਾਤੇ ਇਮਾਮ ਰਬਾਨੀ ਇਹ ਸਾਰੇ ਖਰੜੇ ਇਕੱਠੇ ਕਰਕੇ ਜਵਾਬ ਦੇ ਦਿੱਤਾ ਕਿ ਜਿਹੜਾ ਚੰਦੂ ਹੈ ਉਹ ਸਹਿ ਕਾਰਨ ਤਾਂ ਹੈ, ਇੰਨਾ ਵੱਡਾ ਕਾਰਨ ਨਹੀਂ, ਪਰ ਗੁਰੂ ਸਾਹਿਬ ਦੀ ਸ਼ਹਾਦਤ ਦੇ ਵਿੱਚ ਸਹਿ ਕਾਰਨ ਦੇ ਵਿੱਚੋਂ ਉਸ ਦੀ ਭੂਮਿਕਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਉਸ ਤੋਂ ਬਾਅਦ ਜਦੋਂ ਪੰਚਮ ਪਾਤਸ਼ਾਹ ਦਾ 2006 ਦੇ ਵਿੱਚ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਤੇ ਸੁਸ਼ਮਾ ਸਵਰਾਜ ਨੇ ਫਿਰ ਇਹੀ ਗੱਲ ਕੀਤੀ, ਆਪ ਨੂੰ ਯਾਦ ਹੋਵੇਗਾ ਸਾਰੀ ਅਕਾਲੀ ਲੀਡਰਸ਼ਿਪ ਸਟੇਜ ਤੇ ਬੈਠੀ ਸੀ, ਉਦੋਂ ਵੀ ਜਿਹੜੇ ਚੰਗੇ ਸਿੱਖ ਵਿਦਵਾਨ ਸੀ ਉਹਨਾਂ ਨੇ ਜਵਾਬ ਦਿੱਤਾ। ਇਹ ਗੱਲ ਫਿਰ ਠੱਪੀ ਗਈ। ਪਿਛਲੇ ਸਾਲ ਇਹਨੂੰ ਕਿਸ ਰੂਪ ਚ ਚੁੱਕਿਆ ਗਿਆ?
ਕਿ ਚੰਦੂ ਦੀ ਨਹੁੰ ਜਿਹੜੀ ਹੈ ਗੁਰੂ ਘਰ ਦੀ ਸ਼ਰਧਾਲੂ ਸੀ। ਹੁਣ ਖਿਆਲ ਕਰਿਓ ਜਦੋਂ ਹਰਗੋਬਿੰਦਪੁਰ ਸਾਹਿਬ ਛੇਵੇਂ ਪਾਤਸ਼ਾਹ ਦੇ ਉੱਪਰ ਭਗਵਾਨ ਦਾ ਘੇਰੜ ਹਮਲਾ ਕਰਦਾ ਹੈ ਤੇ ਉਹਦੇ ਨਾਲ ਚੰਦੂ ਦਾ ਪੁੱਤਰ ਕਰਮਚੰਦ ਹੀ ਸੀ ਤੇ ਹੋ ਸਕਦਾ ਹੈ ਕਿ ਚੰਦੂ ਦਾ ਪੁੱਤਰ ਕਰਮਚੰਦ ਤੇ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਦੇ ਉੱਪਰ ਭਗਵਾਨ ਦਾ ਘੇਰੜ ਦੇ ਨਾਲ ਹਮਲਾਵਰ ਹੋ ਕੇ ਆਇਆ ਹੋਵੇ ਤੇ ਉਹਦੀ ਨਹੁੰ ਗੁਰੂ ਸਾਹਿਬ ਨੂੰ ਸ਼ਰਬਤ ਪਿਆਉਂਦੀ ਹੋਵੇ। ਤੇ ਦੂਜੀ ਗੱਲ, ਕੀ ਇਸਲਾਮੀ ਕੈਦ ਖਾਨੇ ਵਿੱਚ ਔਰਤ ਜਾ ਸਕਦੀ ਹੈ? ਇਸਲਾਮ ਇਸ ਗੱਲ ਦੀ ਇਜਾਜ਼ਤ ਹੀ ਨਹੀਂ ਦਿੰਦਾ। ਸੋ ਨਾ ਕੋਈ ਸਰੋਤ, ਨਾ ਕੋਈ ਅਥੈਂਟਿਕ ਹਿਸਟੋਰੀਕਲ ਜਿਹੜਾ ਸੀ ਸਾਡੇ ਕੋਲ ਸੋਰਸ, ਬਿਨਾਂ ਕਿਸੇ ਗੱਲ ਤੋਂ ਇਤਿਹਾਸ ਦੇ ਵਿੱਚ ਇੰਨੀ ਵੱਡੀ ਮਿਲਾਵਟ ਕਰ ਦਿੱਤੀ ਕਿ ਅੱਜ ਤੁਸੀਂ ਗੂਗਲ ਦੇ ਉੱਪਰ ਸ਼ਬੀਲ ਸਰਚ ਕਰਦੇ ਹੋ ਉਹੀ ਕਹਾਣੀ ਆ ਰਹੀ ਹੈ। ਹੁਣ ਇਸ ਕਹਾਣੀ ਨੂੰ ਬੱਚਿਆਂ ਦੇ ਮਨ ਚੋਂ ਕਿਵੇਂ ਕੱਢੋ? ਸਵਾਲ ਇਹ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਗਲਤ ਜਾਣਕਾਰੀ ਅਸੀਂ ਸਿੱਖਾਂ ਨੇ ਹੀ, ਭਾਵੇਂ ਕਿ ਆਈ ਕਿਸੇ ਹੋਰ ਸੋਚ ਦੇ ਵਿੱਚੋਂ, ਸਿੱਖਾਂ ਨੇ ਹੀ ਉਸ ਕਹਾਣੀ ਨੂੰ ਇੰਨਾ ਜ਼ਿਆਦਾ ਪ੍ਰਕਾਸ਼ਿਤ ਕਰ ਦਿੱਤਾ ਕਿ ਅੱਜ ਤੁਸੀਂ ਅੰਗਰੇਜ਼ੀ ਦੇ ਵਿੱਚ, ਪੰਜਾਬੀ ਦੇ ਵਿੱਚ, ਹਿੰਦੀ ਦੇ ਵਿੱਚ, ਕਿਸੇ ਵੀ ਭਾਸ਼ਾ ਦੇ ਵਿੱਚ ਮੋਬਾਈਲ ਤੇ ਜਾ ਕੇ ਸ਼ਬੀਲ ਸ਼ਬਦ ਦੀ ਹਿਸਟਰੀ ਤੇ ਉਹਦੇ ਅਰਥ ਜਿਹੜੇ ਆ ਉਹਨਾਂ ਦੀ ਖੋਜ ਕਰੋ, ਸਰਚ ਕਰੋ, ਤੁਹਾਡੇ ਸਾਹਮਣੇ ਇਹ ਕਹਾਣੀ ਆਉਂਦੀ ਹੈ। ਕਿਵੇਂ ਕੱਢੋਗੇ ਇਸ ਨੂੰ ਇਤਿਹਾਸ ਦੇ ਵਿੱਚੋਂ? ਇਹਦੇ ਪਿੱਛੇ ਦੋਸ਼ੀ ਕੌਣ ਆ? ਅਸੀਂ ਆਪ। ਸਾਨੂੰ ਸਾਰਿਆਂ ਨੂੰ ਦੋਸ਼ ਸਵੀਕਾਰ ਕਰਨਾ ਪਵੇਗਾ ਕਿ ਸਾਡੇ ਕੋਲ ਕੋਈ ਵੀ ਪੋਸਟ ਆਉਂਦੀ ਹੈ, ਕੋਈ ਵੀ ਜਾਣਕਾਰੀ ਆਉਂਦੀ ਹੈ, ਅਸੀਂ ਇੱਕ ਮਾਣ ਮਹਿਸੂਸ ਕਰਦੇ ਹਾਂ ਜਾਂ ਸਾਡੇ ਮਨ ਦੇ ਵਿੱਚ ਇੱਕ ਬਹੁਤ ਵੱਡਾ ਫਤੂਰ ਭਰ ਚੁੱਕਾ ਕਿ ਮੈਂ ਪਹਿਲਾਂ ਸ਼ੇਅਰ ਕਰ ਦੇਵਾਂ, ਪੜਾਂ ਭਾਵੇਂ ਨਾ ਪੜਾਂ, ਮੈਂ ਸ਼ੇਅਰ ਕਰ ਦੇਵਾਂ, ਮੈਂ ਲਾਈਕ ਕਰ ਦੇਵਾਂ, ਮੈਂ ਕਮੈਂਟ ਕਰ ਦੇਵਾਂ, ਲੋਕੀ ਕਹਿਣ ਬੜੀ ਵੱਡੀ ਖੋਜ ਕੀਤੀ ਹੈ। ਮਾਫ ਕਰਨਾ, ਖੋਜ ਇੰਜ ਨਹੀਂ ਹੁੰਦੀ। ਖੋਜ ਹੁੰਦੀ ਹੈ ਕਿ ਕੋਈ ਵੀ ਤੱਥ ਤੁਹਾਡੇ ਸਾਹਮਣੇ ਆਉਂਦਾ। ਡਾਕਟਰ ਗੰਡਾ ਸਿੰਘ ਇੱਕ ਬੜੀ ਵੱਡੀ ਗੱਲ ਕਰਦੇ ਨੇ, ਕਹਿੰਦੇ ਮਨੋ ਕਲਪਨਾ ਇਤਿਹਾਸ ਦੇ ਵਿੱਚ ਪਾਪ ਹੁੰਦੀ ਹੈ। ਜੇਕਰ ਮਨੋ ਕਲਪਨਾ ਇਤਿਹਾਸ ਦੇ ਵਿੱਚ ਪਾਪ ਹੈ ਤੇ ਮਨੋ ਕਲਪਿਤ ਇਤਿਹਾਸ ਨੂੰ ਪ੍ਰਚਾਰਿਤ ਕਰ ਦੇਣਾ ਕਿੰਨਾ ਵੱਡਾ ਪਾਪ ਹੋਵੇਗਾ? ਅਸੀਂ ਕਰ ਰਹੇ ਹਾਂ, ਸਾਰੇ ਗੁਨਾਹ ਕਰ ਰਹੇ ਹਾਂ। ਕੋਈ ਵੀ ਸਾਡੇ ਕੋਲ ਜਾਣਕਾਰੀ ਆਉਂਦੀ ਹੈ, ਅਸੀਂ ਬਿਨਾਂ ਸੋਚਣ ਤੋਂ, ਬਿਨਾਂ ਸਮਝਣ ਤੋਂ, ਬਿਨਾਂ ਐਨਾਲਾਈਜ਼ ਕਰਨ ਤੋਂ ਉਸੇ ਤਰ੍ਹਾਂ ਚੁੱਕਦੇ ਹਾਂ, ਅੱਗੇ ਗਰੁੱਪਾਂ ਦੇ ਵਿੱਚ ਪਾ ਦਿੰਦੇ ਹਾਂ। ਅਸੀਂ ਕਦੀ ਨਹੀਂ ਸੋਚਦੇ ਕਿ ਜਿਉਂ ਜਿਉਂ ਇਹ ਗਰੁੱਪਾਂ ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ, ਇਹ ਪ੍ਰਸਾਰਿਤ ਹੁੰਦੀ ਹੈ, ਜਿਉਂ ਜਿਉਂ ਇਸ ਦੇ ਵਿਊਜ਼ ਵੱਧਦੇ ਨੇ, ਤਿਉਂ ਤਿਉਂ ਇਹ ਗੂਗਲ ਸਰਚ ਦੇ ਵਿੱਚ ਆਉਂਦੀ ਹੈ, ਤੇ ਜਿਹੜੀ ਚੀਜ਼ ਸਰਚ ਚ ਆ ਜਾਂਦੀ ਹੈ ਉਸ ਤੋਂ ਬਾਅਦ ਕਦੀ ਵੀ ਸਾਡੇ ਕੋਲ ਰਿਪੋਰਟਸ ਕਰਨ ਦੇ ਓਨੇ ਸਾਧਨ ਨਹੀਂ ਹੁੰਦੇ ਕਿ ਅਸੀਂ ਉਸ ਨੂੰ ਸੋਸ਼ਲ ਮੀਡੀਆ ਦੇ ਵਿੱਚ ਚੁੱਕ ਸਕੀਏ। ਉਹ ਇਤਿਹਾਸ ਦਾ ਇੱਕ ਰੂਪ ਬਣ ਜਾਂਦੀ, ਸੀ ਮਿਥਾਸ ਇਤਿਹਾਸ ਦਾ ਰੂਪ ਬਣ ਗਈ। ਅੱਜ ਕਿਵੇਂ ਤੁਸੀਂ ਇਸ ਨੂੰ ਇਤਿਹਾਸ ਚੋਂ ਕੱਢੋਗੇ?